खबर वाले चले ਚੱਲਿਆ ਖਬਰ ਵਾਲੇ ਦੀ ਪਰ ਤੁਹਾਡੇ ਵਾਲੇ ਰਿਪੋਰਟ ਨੇ ਪਾਇਆ ਉਹ ਟੋਟਲੀ ਫੇਕ ਸੀ ਉਹ ਤੇ ਯਾਰ ਟੋਟਲੀ ਫੇਕ ਸੀ ਸਾਡੇ ਨੇ ਤਾਂ ਵਾਪਸ ਲੈ ਲਈ ਸੀ ਫੜਤੀ ਸੀ ਬਾਹਰ ਨਹੀਂ ਉਹ ਤਾਂ ਚਲੀ ਤਾਂ ਗਈ ਨਾ ਉਹ ਤਾਂ ਚਲੀ ਗਈ ਸਾਡੇ ਨੇ ਤਾਂ ਇਹ ਲਿਖਿਆ ਸੀ ਆ ਫੇਕ ਚੱਲਦੀ ਮੈਂ ਤੁਹਾਡਾ ਕਰਨ ਤੁਸੀਂ ਸਮਝਦੇ ਨਹੀਂ ਜਿਹੜੀ ਖਬਰ ਵਾਲੇ ਨੇ ਸ਼ਰਮ ਚਲਾਤੀ ਉਹ ਹਾਂ ਐਸੇ ਹਾਂ ਚਿਮੀ ਜੀ ਮੀਟਿੰਗ ਕਰੀਏ ਵਿਧਾਇਕ ਦਲ ਦੀ ਕੀ ਕੁਝ ਚਰਚਾਵਾਂ ਕੀਤੀਆਂ ਦੇਖੋ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਆ ਰਿਹਾ ਹੈਗਾ ਵਰਸ਼ ਸੈਸ਼ਨ ਜਿਹੜਾ 12 ਤੋਂ ਲੈ ਕੇ 22 ਤੱਕ ਇਹਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਘੇਰਨਾ ਕਿਉਂਕਿ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿਹਾ ਸੀਗਾ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਹਰ ਘਰ ਰੁਜ਼ਗਾਰ ਦੇ ਦਿਆਂਗੇ ਹਰ ਘਰ ਨੌਕਰੀ ਦੇ ਦਿਆਂਗੇ ਬਿਲਕੁਲ ਫੇਲ ਹੋਈ ਆ ਔਰ ਕਿਹਾ ਸੀ ਦਲਿਤਾਂ ਦਾ ਕਿਸਾਨਾਂ ਦਾ ਹਰੇਕ ਵਰਗ ਦਾ ਕਰਜ਼ਾ ਮਾਫ਼ ਕਰ ਦਿਆਂਗੇ ਬਿਲਕੁਲ ਫੇਲ ਹੋਈ ਆ ਔਰ ਕਿਹਾ ਸੀ ਵਪਾਰੀਆਂ ਨੂੰ ਰਾਹਤ ਦਿਆਂਗੇ ਉਹ 'ਚ ਵੀ ਫੇਲ ਹੋਏ ਨੇਗੇ ਕਿਹਾ ਸੀ ਮੁਲਾਜ਼ਮਾਂ ਦੇ ਜਿਹੜੇ ਕੱਚੇ ਉਹਨਾਂ ਨੂੰ ਪੱਕੇ ਕਰਾਂਗੇ ਉਹਨਾਂ ਦੀ ਜਿਹੜੀ ਡੀਏ ਦੀ ਕਿਸ਼ਤ ਆ ਉਹ ਦਿਆਂਗੇ ਬਿਲਕੁਲ ਫੇਲ ਹੋਏ ਨੇ ਜਿੰਨੇ ਵੀ ਵਾਅਦੇ ਕੈਪਟਨ ਸਾਹਿਬ ਨੇ 2017 ਦੇ ਵਿੱਚ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਸੀ ਸਰਕਾਰ ਦਾ ਅੱਧਾ ਸਮਾਂ ਲਗਭਗ ਪੂਰਾ ਹੋ ਗਿਆ ਇੱਕ ਵੀ ਵਾਅਦਾ ਪੰਜਾਬ ਵਿੱਚ ਪੂਰਾ ਨਹੀਂ ਹੋਇਆ ਸਾਰੇ ਵਾਅਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਟ੍ਰੈਟਜੀ ਤਿਆਰ ਕੀਤੀ ਹੈ ਵੀ ਕੈਪਟਨ ਸਾਹਿਬ ਨੂੰ ਕਿਵੇਂ ਘੇਰਨਾ ਹੈਗਾ ਜਿਹੜਾ ਸੈਸ਼ਨ ਸ਼ੁਰੂ ਹੋਣਾ ਆਪ ਵੱਲੋਂ ਕਿਹੜੇ ਕਿਹੜੇ ਮੁੱਦੇ ਉਠਾਏ ਜਾਣਗੇ ਪੰਜਾਬ ਦੇਖੋ ਸਭ ਤੋਂ ਜਿਹੜਾ ਅਹਿਮ ਮੁੱਦੇ ਆ ਉਹ ਪੰਜਾਬ ਦੀ ਬੇਰੁਜ਼ਗਾਰੀ ਆ ਇਸ ਸਮੇਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਹਰ ਘਰ ਨੌਕਰੀ ਦੇਵਾਂਗੇ ਹਰ ਘਰ ਰੁਜ਼ਗਾਰ ਦੇ ਬਿਲਕੁਲ ਫੇਲ ਹੋਏ ਨੇ ਦੂਸਰਾ ਸਭ ਤੋਂ ਵੱਡਾ ਵਾਅਦਾ ਸੀ ਕਿਸਾਨਾਂ ਦਾ ਕਰਜ਼ਾ ਮਾਫ਼ੀ ਔਰ ਦਲਿਤਾਂ ਦੀ ਕਰਜ਼ਾ ਮਾਫ਼ੀ ਕਿਸਾਨਾਂ ਦਾ ਤਾਂ ਕੁਛ ਹਿੱਸੇ ਦਾ ਕਰਜ਼ਾ ਮਾਫ਼ ਥੋੜ੍ਹਾ ਬਹੁਤਾ ਹੋ ਗਿਆ ਪਰ ਦਲਿਤ ਭਰਾਵਾਂ ਦਾ ਇੱਕ ਪੈਸੇ ਦਾ ਇੱਕ ਸਿੰਗਲ ਪੈਨੀ ਵੀ ਪਾਸ ਨਹੀਂ ਹੋਇਆ ਮਤਲਬ ਮਾਫ਼ ਨਹੀਂ ਹੋਇਆ ਮੈਂ ਸਮਝਦਾ ਕਿਉਂਕਿ ਪਿਛਲੇ ਬਜਟ 2 ਬਜਟ ਹੋ ਗਏ ਦੋਨਾਂ ਬਜਟ ਪੈਸੇ ਰੱਖੇ ਜਾਂਦੇ ਨੇ ਪਰ ਮਾਫ਼ ਨਹੀਂ ਹੁੰਦੇ ਹੈਗੇ ਇਸ ਤੋਂ ਬਿਨਾਂ ਮੁਲਾਜ਼ਮਾਂ ਦਾ ਬਹੁਤ ਵੱਡਾ ਮਸਲਾ ਜਿਹੜਾ ਸਾਹਮਣੇ ਆ ਰਿਹਾ ਹੈਗਾ ਟੀਚਰ ਧਰਨਿਆਂ 'ਤੇ ਬੈਠੇ ਨੇ ਅੱਜ ਲਗਾਤਾਰ ਲਾਠੀ ਚਾਰਜ ਹੋ ਰਿਹਾ ਡੀਏ ਦੀ ਕਿਸ਼ਤ ਨਹੀਂ ਮਿਲ ਰਹੀ ਇਹ ਸਾਰੀਆਂ ਗੱਲਾਂ ਇਸ ਤੋਂ ਬਿਨਾਂ ਜਿਹੜਾ ਹੈਗਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡੀ ਪੱਧਰ 'ਤੇ ਫੈਲਿਆ ਥੱਲੇ ਬਹੁਤ ਵੱਡੀ ਪੱਧਰ 'ਤੇ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ ਸਾਰੀਆਂ ਗੱਲਾਂ ਲੈ ਕੇ ਆਮ ਆਦਮੀ ਪਾਰਟੀ ਵਿਧਾਨ ਸਭਾ 'ਚ ਮੁੱਦੇ ਉਠਾਉ ਕੱਲ੍ਹ ਪਟਿਆਲੇ ਲਾਠੀ ਚਾਰਜ ਹੋਇਆ ਟੀਚਰਾਂ 'ਤੇ ਪਾਣੀ ਛੱਡਿਆ ਗਿਆ ਅੱਜ ਵੀ ਭਿੱਖੀ ਹੋਇਆ ਇਹਦੇ ਬਾਰੇ ਸਪੈਸ਼ਲ ਕੋਈ ਉਠਾਓਗੇ ਮਾਮਲਾ ਦੇਖੋ ਟੀਚਰਾਂ ਨੂੰ ਲੈ ਕੇ ਸਪੈਸ਼ਲ ਇੱਕ ਸੈਸ਼ਨ ਦੇ ਵਿੱਚ ਅਸੀਂ ਇਹ ਮੁੱਦਾ ਉਠਾਉਣਾਗਾ ਕਿਉਂਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਜਿੰਨੇ ਮੁਲਾਜ਼ਮ ਕੱਚੇ ਨੇ ਚਾਹੇ ਕੋਈ ਕੰਟਰੈਕਟ ਬੇਸ 'ਤੇ ਨੇ ਸਾਰਿਆਂ ਨੂੰ ਪੱਕੇ ਕਰਾਂਗੇ ਪਰ ਹੁਣ ਲਗਭਗ ਅੱਧਾ ਸਮਾਂ ਸਰਕਾਰ ਦਾ ਹੋ ਗਿਆ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਬਲਕਿ ਉਹਨਾਂ 'ਤੇ ਲਾਠੀ ਚਾਰਜ ਕੱਲ੍ਹ ਬਹੁਤ ਵੱਡਾ ਜਿਹੜਾ ਮਨੁੱਖਤਾ ਦਾ ਘਾਣ ਹੋਇਆ ਬਹੁਤ ਵੱਡਾ ਹਮਲਾ ਹੋਇਆ ਟੀਚਰਾਂ 'ਤੇ ਉਹ ਬਹੁਤ ਹੀ ਮਾੜੀ ਗੱਲ ਆ ਬਹੁਤ ਨਿੰਦਣ ਵਾਲੀ ਗੱਲ ਆ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਲੈ ਕੇ ਵਿਧਾਨ ਸਭਾ 'ਚ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਕਰੂਗੀ ਅਤੇ ਟੀਚਰਾਂ ਦਾ ਇਹ ਰੋਸ ਹੈ ਕਿ 10 ਵਾਰੀ ਟਾਈਮ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਪਰ ਮਿਲੇ ਨਹੀਂ ਹੁਣ ਉਹਨਾਂ ਨੂੰ ਫਿਰ 28 ਫਰਵਰੀ ਦਿੱਤੀ ਹੈ ਇੰਨੀ ਦੇਰੀ ਨਾਲ ਟਾਈਮ ਦਿੱਤਾ ਇਹਦੇ ਬਾਰੇ ਕੀ ਕਹੋ ਦੇਖੋ ਸਭ ਨੂੰ ਪਤਾ ਵੀ ਕੈਪਟਨ ਸਾਹਿਬ ਆਪਣੇ ਘਰ 'ਚ ਕੈਦ ਹੋ ਚੁੱਕੇ ਨੇ ਕੋਟਲੀ 'ਚ ਕੈਦ ਹੋ ਚੁੱਕੇ ਨੇ ਉਹ ਕਿਸੇ ਨੂੰ ਮਿਲਦੇ ਨਹੀਂ ਉਹ ਤਾਂ ਈਵਨ ਕਿ ਆਪਣੇ ਵਜ਼ੀਰਾਂ ਨੂੰ ਬਹੁਤ ਸਾਰੇ ਜਿਹੜੇ MLA ਨੇ ਇਹ ਕਹਿ ਰਹੇ ਨੇ ਵੀ ਸਾਨੂੰ ਸਾਲ ਸਾਲ ਡੇਢ ਸਾਲ ਮਿਲਣ ਨੂੰ ਲੱਗ ਜਾਂਦਾ ਟਾਈਮ ਔਰ ਟੀਚਰਾਂ ਨੂੰ ਕਿੱਥੋਂ ਮਿਲਣਗੇ ਉਹ ਇਹ ਬਦਕਿਸਮਤੀ ਆ ਪੰਜਾਬ ਦੀ ਕਿ ਜਿਹੜਾ ਅਸੀਂ ਰਾਜਾ ਚੁਣ ਲਿਆ ਜਿਹੜਾ ਕਿ ਕਿਸੇ ਨੂੰ ਵੀ ਨਹੀਂ ਮਿਲਦਾ ਹੈਗਾ ਅਤੇ ਜਿਹੜੀ ਵਿਧਾਇਕ ਦਲ ਦੀ ਤੁਹਾਡੀ ਮੀਟਿੰਗ ਹੋਣੀ ਸੀ ਖਹਿਰਾ ਗਰੁੱਪ ਦੇ ਸ਼ਾਇਦ ਮੀਟਿੰਗ ਦੇ ਵਿੱਚ MLA ਆਉਣ ਨਾ ਤੁਸੀਂ ਕੋਈ ਵਿਪ ਜਾਰੀ ਕਰੋਗੇ ਉਹਨਾਂ ਲਈ ਦੇਖੋ ਵਿਧਾਇਕ ਦਲ ਦੀ ਮੀਟਿੰਗ ਲਈ ਕੋਈ ਵਿਪ ਜਾਰੀ ਨਹੀਂ ਹੋਇਆ ਹੈਗਾ ਜੇਕਰ ਵਿਪ ਜਾਰੀ ਕਰਨਾ ਹੁੰਦਾ ਤਾਂ ਸਿਰਫ ਵਿਧਾਨ ਸਭਾ 'ਚ ਹੁੰਦਾ ਹੈਗਾ ਜੇ ਲੋੜ ਪਈ ਤਾਂ ਵਿਧਾਨ ਸਭਾ 'ਚ ਵਿਪ ਜਾਰੀ ਕਰਾਂਗੇ।